प्यारे विद्यार्थियों स्वागत करता इस वीडियो क्लिप ਵਿੱਚ ਤੁਹਾਡਾ ਈਟੀਟੀ ਸੈਸ਼ਨ 19 ਫਸਟ ਇਅਰ ਦਾ ਸਬਜੈਕਟ ਸਮਕਾਲੀਨ ਭਾਰਤੀ ਸਮਾਜ ਸਬਜੈਕਟ ਚੱਲ ਰਿਹਾ ਸੀ ਜਿਸ ਵਿੱਚ ਤੀਸਰੇ ਯੂਨਿਟ ਦੇ ਟੌਪਿਕ ਚੱਲ ਰਹੇ ਸੀ ਸੋ ਅੱਜ ਆਪਾਂ ਟੌਪਿਕ ਕਰਾਂਗੇ ਇਹ ਟੌਪਿਕ ਸਾਰੇ ਹੀ ਰਾਜਨੀਤੀ ਜਿਹੜੇ ਉਸ ਦੇ ਨਾਲ ਸੰਬੰਧਿਤ ਚੱਲ ਰਹੇ ਨੇ ਸੋ ਅੱਜ ਟੌਪਿਕ ਕਰਾਂਗੇ ਆਪਾਂ ਪਿੱਛੇ ਕੀਤਾ ਸੀ ਲਾਸਟ ਟੌਪਿਕ ਲੋਕਤੰਤਰ ਕੀ ਹੁੰਦਾ ਹੈ ਸੋ ਅੱਜ ਕਰਾਂਗੇ ਦਲ ਪ੍ਰਣਾਲੀ ਤੋਂ की भाव है दल प्रणाली कह सकते हैं जा पार्टी प्रणाली कह सकते हैं जानी कि जो भी ये सारे के सारा टॉपिक जो इलेक्शन संबंधित करवाए जाते हैं सो आज आप डिस्कस करांगे कि दल प्रणाली की होंगी है सारे बच्चे ही वैसे तो तुम सबको पता होएगा कि जो भी इलेक्शन पार्टियां बनदियां ने उसमें एक दल प्रणाली किया जाता बहुत सारे जो अलग अलग तरह के दल होंगे वो दल जो अपना इलेक्शन लड़ते हैं तो वो ही जाके अगे अपनी सरकार को चलाउंदे ने उन्होंने एक दल प्रणाली का नाम दिता जाता है दल प्रणाली का होना देश में बहुत ही जरूरी है जिदा कि कोई भी देश चलाने तो बिना दल प्रणाली तो बिना कोई भी देश या सरकार नहीं चल सकती जेकर दल हो सरकार देश या सूबा चल सकता है इन्हां सरकारां तो बिना जां इन्हां दलां तो बिना भारत देश के बहुत सारिया औकड़ा का मुश्किलों का सामना करना पड़ेगा जेकर दल प्रणाली ना होने इस करके दल प्रणालियों का होना बहुत ही जरूरी है ये जो इलेक्शन लड़ते हैं बहुत सारे दल आके अपने इलेक्शन लड़ते हैं जिहड़े ज्यादा बहुमत नाल अपनी सीटा प्राप्त कर लेंगे वो अपनी सरकार में चलाउण दे काबिल होंगे जो उन्हां तो घट सीटा प्राप्त करते हैं वो अपने विरोधी दल में जाके जिहड़े अपने बैठते हैं जो सरकार फैसला लेंदी है उन्हां दे उत्ते उन्हां दी चर्चा होंदी है ते जिहड़ी दल प्रणाली में होंदा सारा पांच साल लई इन्हां ने अपने देश में चलाउण होंदा देश में की मुसीबत आउंदी ने किस तरह देश का विकास करना है सारा दल प्रणाली करदे ने हुण आपां डिस्कस इन्हां दे काम ने इन विशेषतावां इन्हां दे दोष भी ने कि दल प्रणाली के किहड़े दोष इन्हां दे डिस्कस करन तों पहलां आपां इह देखांगे कि दल अजकल जिहड़ियां पार्टियां दल चल किहड़े रहे ने ਇਹ ਦੋ ਤਰ੍ਹਾਂ ਦੀਆਂ ਇਸ ਦੀਆਂ ਕਿਸਮਾਂ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਨੈਸ਼ਨਲ ਪੱਧਰ 'ਤੇ ਦੂਸਰੀ ਸੂਬੇ ਪੱਧਰ 'ਤੇ ਸਭ ਤੋਂ ਪਹਿਲਾਂ ਆਪਾਂ ਨੈਸ਼ਨਲ ਪੱਧਰ 'ਤੇ ਗੱਲ ਕਰਾਂਗੇ ਤਾਂ ਨੈਸ਼ਨਲ ਪੱਧਰ 'ਤੇ ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ ਚੱਲ ਰਹੀਆਂ ਨੇ ਜਿਵੇਂ ਕਿ ਨੰਬਰ 1 ਆਪਾਂ ਕਹਿ ਸਕਦੇ ਹਾਂ ਬੀਜੇਪੀ ਬੀਜੇਪੀ ਦਾ ਅਰਥ ਹੈ ਬਹੁਜਨ ਬੀਜੇਪੀ ਭਾਰਤੀ ਜਨਤਾ ਪਾਰਟੀ ਜੋ ਆਪਾਂ ਉਸਨੂੰ ਭਾਜਪਾ ਦਾ ਨਾਮ ਵੀ ਦਿੰਦੇ ਹਾਂ ਜਿਹੜੀ ਉਹ ਇੱਕ ਨੈਸ਼ਨਲ ਪਾਰਟੀ ਕਹਿ ਸਕਦੇ ਹਾਂ ਉਸ ਤੋਂ ਬਾਅਦ ਰਾਸ਼ਟਰੀ ਕਾਂਗਰਸ ਪਾਰਟੀ ਜਿਹੜੀ ਕਿ ਨੈਸ਼ਨਲ ਪੱਧਰ 'ਤੇ ਜੋ ਕਾਂਗਰਸ ਦਾ ਕੰਮ ਕਰ ਰਹੀ ਹੈ ਉਸ ਨੂੰ ਨੈਸ਼ਨਲ ਕਾਂਗਰਸ ਪਾਰਟੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ CPI ਜਿਹੜੀ ਕਿ ਕਮਿਊਨਿਸਟ ਪਾਰਟੀ ਦਾ ਵੀ ਨਾਮ ਹੈ ਇਹਨਾਂ ਨੂੰ ਦਿੱਤਾ ਜਾਂਦਾ ਇਹ ਕਮਿਊਨਿਸਟ ਪਾਰਟੀ ਹੁੰਦੀ ਹੈ CPI CPM ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਕਿ ਵੱਖ ਵੱਖ ਤਰ੍ਹਾਂ ਨਾਲ ਆਪਣੀਆਂ ਕੰਮ ਕਰਦੀਆਂ ਹਨ ਸੋ ਇਹਨਾਂ ਤੋਂ ਬਿਨਾਂ ਹੋਰ ਜਿਹੜੇ ਆਪਾਂ ਖੇਤਰੀ ਪਾਰਟੀ ਕਹਿ ਸਕਦੇ ਹਾਂ ਜਿੱਦਾਂ ਕਿ ਸੋਮੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਪੀਪਲੇ ਪਿੱਛੇ PP ਪਾਰਟੀ ਬਣੀ ਸੀ ਅੱਜ ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਇਹ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਇਸ ਨੂੰ ਨਾਮ ਦਿੱਤਾ ਜਾ ਸਕਦਾ ਖੇਤਰੀ ਪਾਰਟੀਆਂ ਤਾਂ ਜਿਨ੍ਹਾਂ ਨਾਲ ਆਪਣੇ ਜੋ ਵੀ ਆਪਣੀ ਇੱਛਾ ਨਾਲ ਮੁਤਾਬਕ ਇਲੈਕਸ਼ਨ ਲੜਨਾ ਚਾਹੁੰਦਾ ਉਹ ਆਪਣੀ ਖੇਤਰੀ ਪਾਰਟੀ ਬਣਾ ਲੈਂਦਾ ਇਹਨਾਂ ਸਾਰੀਆਂ ਪਾਰਟੀਆਂ ਦੇ ਜੋ ਵੀ ਸਰਕਾਰ ਵੱਲੋਂ ਮਨਜ਼ੂਰ ਹੁੰਦੀਆਂ ਨੇ ਇਹਨਾਂ ਦੇ ਵੱਖ ਵੱਖ ਸਮੇਂ ਦੇ ਚੋਣ ਨਿਸ਼ਾਨ ਵੀ ਜਿਹੜੇ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਤੌਰ 'ਤੇ ਆਪਣੇ ਇਲੈਕਸ਼ਨ ਲੜਦੇ ਨੇ ਇਹ ਹੈ ਨੈਸ਼ਨਲ ਪੱਧਰ 'ਤੇ ਅਤੇ ਖੇਤਰੀ ਪੱਧਰ 'ਤੇ ਜਿਹੜੀਆਂ ਪਾਰਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੇ ਕੰਮ ਕੀ ਹੁੰਦੇ ਨੇ ਜੋ ਵੀ ਪਾਰਟੀਆਂ ਬਣਦੀਆਂ ਨੇ ਨੰਬਰ 1 ਕਾਨੂੰਨ ਬਣਾਉਣਾ ਬੇਸ਼ੱਕ ਕਾਨੂੰਨ ਵਿਧਾਨ ਸਭਾ ਬਣਾਉਂਦੀ ਹੈ ਪਰ ਜਿਹੜੇ ਵਿਧਾਨ ਸਭਾ ਵਿੱਚੋਂ ਜਿਹੜੇ ਮੈਂਬਰ ਲੈ ਜਾਂਦੇ ਨੇ ਉਹ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਹੀ ਹੁੰਦੇ ਹਨ ਜੋ ਵੱਖ ਵੱਖ ਤਰ੍ਹਾਂ ਦੇ ਬਣਾਏ ਜਾਂਦੇ ਹਨ ਜੋ ਆਗੂ ਅੱਗੇ ਆ ਕੇ ਆਪਣੇ ਬਹੁਮਤ ਨਾਲ ਅੱਗੇ ਜਾ ਕੇ ਜਾਂਦੇ ਹਨ ਉਹ ਵਿਧਾਨ ਸਭਾ ਦੇ ਮੈਂਬਰ ਹੀ ਹੁੰਦੇ ਹਨ ਜੋ ਵੱਖ ਵੱਖ ਸਮੇਂ 'ਤੇ ਆਪਣੇ ਦੇਸ਼ ਦੇ ਕਾਨੂੰਨ ਬਣਾਉਂਦੇ ਨੇ ਚਾਹੇ ਕਾਨੂੰਨ ਵਿੱਚ ਸੋਧ ਕਰਨੀ ਹੋਏ ਚਾਹੇ ਕਾਨੂੰਨ ਨਵਾਂ ਬਣਾਉਣਾ ਹੋਏ ਚਾਹੇ ਕਾਨੂੰਨ ਹਟਾਉਣਾ ਹੋਏ ਇਹ ਸਾਰੇ ਦਾ ਸਾਰੇ ਜਿਹੜਾ ਕੰਮ ਹੈ ਇਹ ਰਾਜਨੀਤਿਕ ਪਾਰਟੀਆਂ ਹੀ ਕਰਦੀਆਂ ਨੇ ਨੰਬਰ 2 ਨੁਮਾਇੰਦਗੀ ਕਰਨਾ ਜਦੋਂ ਇਲੈਕਸ਼ਨ ਹੁੰਦਾ ਜੋ ਪਾਰਟੀ ਵੱਧ ਤੋਂ ਵੱਧ ਬਹੁਮਤ ਆਪਣਾ ਪ੍ਰਾਪਤ ਕਰ ਲੈਂਦੀ ਹੈ ਇਲੈਕਸ਼ਨ ਵਿੱਚ ਚਾਹੇ ਉਹ ਰਾਜ ਸਭਾ ਦਾ ਹੋਏ ਚਾਹੇ ਲੋਕ ਸਭਾ ਦਾ ਹੋਏ ਜਦੋਂ ਇਹ ਪਾਰਟੀਆਂ ਵੱਧ ਤੋਂ ਵੱਧ ਆਪਣਾ ਸੀਟਾਂ ਪ੍ਰਾਪਤ ਕਰ ਲੈਣਗੀਆਂ ਤਾਂ ਇਸ ਤੋਂ ਬਾਅਦ ਇਹ ਜਿਹੜੀ ਨੁਮਾਇੰਦਗੀ ਜਾ ਕੇ ਸਰਕਾਰ ਵਿੱਚ ਕਰਨਗੇ ਪੰਜ ਸਾਲ ਲਈ ਆਪਣਾ ਜੋ ਵੀ ਰਾਜ ਕਰਨਾ ਹੁੰਦਾ ਇਹ ਪੂਰੀ ਦੀ ਪੂਰੀ ਉੱਥੇ ਜਾ ਕੇ ਆਪਣੀ ਸਰਕਾਰ 'ਤੇ ਕਾਬਜ ਹੋ ਜਾਂਦੇ ਹਨ ਨੰਬਰ 3 ਕੰਟਰੋਲ ਕਰਨਾ ਦੇਸ਼ ਨੂੰ 5 ਸਾਲ ਲਈ ਕੰਟਰੋਲ ਕਰਨਾ ਇਹ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਦਾ ਹੀ ਕੰਮ ਹੁੰਦਾ ਹੈ
ਬੇਸ਼ੱਕ ਜਦੋਂ ਵੀ ਸਰਕਾਰ ਸੂਬੇ ਜਾਂ ਦੇਸ਼ ਤੇ ਸੰਕਟ ਆਉਂਦਾ ਹੈ ਤਾਂ ਇਹ ਸਰਕਾਰਾਂ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇ ਚਾਹੇ ਉਹ ਪਿੱਛੇ ਜੇ ਆਪਾਂ ਦੇਖੀਏ ਤੇ ਹੜ੍ਹਾਂ ਦੀ ਗੱਲ ਕਰ ਲਈਏ ਜਾਂ ਸੋਕਾ ਹੁੰਦਾ ਤਾਂ ਇਹ ਸਰਕਾਰਾਂ ਦਾ ਕੰਮ ਕਰਨਾ ਹੈ। ਜੇ ਅੱਜ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਵੀ ਕੰਟਰੋਲ ਕਰ ਰਹੀ ਹੈ ਸਾਰਾ ਦਾ ਸਾਰਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਸਰਕਾਰ ਦੇਖਦੀ ਹੈ ਕਿ ਕਿੰਨੇ ਸਮੇਂ ਲਈ ਲੋਕਡਾਊਨ ਰੱਖਣਾ ਹੈ, ਕਿੰਨੇ ਸਮੇਂ ਲਈ ਕਰਫਿਊ ਲਾਉਣਾ ਹੈ, ਕਿਹੜੀ ਸਮੇਂ ਲਈ ਕਿੰਨੇ ਸਮੇਂ ਲਈ ਲੋਕਾਂ ਨੂੰ ਢਿੱਲ ਦੇਣੀ ਹੈ, ਇਹ ਸਾਰਾ ਦਾ ਸਾਰਾ ਜੋ ਵੀ ਕੰਟਰੋਲ ਕਰ ਰਹੀਆਂ ਨੇ ਆਪਣੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਹੀ ਕੰਮ ਕਰ ਰਹੀਆਂ। ਸੋ ਅੱਜ ਦੇ ਸਮੇਂ ਵਿੱਚ ਜੋ ਵੀ ਕੋਰੋਨਾ ਵਾਇਰਸ ਤੇ ਕੰਟਰੋਲ ਕਰ ਰਹੇ ਨੇ ਉਹ ਸਰਕਾਰ ਹੀ ਕਰ ਰਹੀ ਹੈ। ਨੰਬਰ 4 ਚੋਣ ਲੜਨਾ। ਇਹਨਾਂ ਦੇ ਦਲ ਪ੍ਰਣਾਲੀਆਂ ਦੇ ਇਲੈਕਸ਼ਨ ਲੜਨ ਲਈ ਵੱਖ ਵੱਖ ਪਾਰਟੀਆਂ ਜਿਹੜੀਆਂ ਆਪਣੀਆਂ ਚੋਣ ਲੜਦੀਆਂ ਨੇ, ਬਹੁਤ ਸਾਰੀਆਂ ਪਾਰਟੀਆਂ ਉਸ ਸਮੇਂ ਆ ਕੇ ਆਪਣੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ ਨੇ ਅਤੇ ਇਹਨਾਂ ਦੇ ਚੋਣ ਨਿਸ਼ਾਨ ਵੀ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਜੋ ਪਾਰਟੀ ਮਨਜ਼ੂਰ ਹੁੰਦੀ ਹੈ ਸਰਕਾਰ ਵੱਲੋਂ ਮਨਜ਼ੂਰ ਕੀਤੀ ਜਾਂਦੀ ਹੈ ਉਹ ਆਪਣੇ ਆ ਕੇ ਚੋਣ ਲੜਦੀ ਹੈ। ਸੋ ਇਹਨਾਂ ਕੰਮਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਜੋ ਸਰਕਾਰ ਆਪਣੇ ਤੌਰ 'ਤੇ ਕਰਦੀ ਹੈ। ਉਸ ਤੋਂ ਬਾਅਦ ਕਰਾਂਗੇ ਇਸ ਦੀਆਂ ਵਿਸ਼ੇਸ਼ਤਾਵਾਂ ਕਿ ਵਿਸ਼ੇਸ਼ਤਾਵਾਂ ਕੀ ਨੇ। ਬਹੁ ਰਾਸ਼ਟਰੀ ਦਲ ਪ੍ਰਣਾਲੀ। ਸੋ ਆਪਣੇ ਦੇਸ਼ ਵਿੱਚ ਬਹੁ ਰਾਸ਼ਟਰੀ ਦਲ ਪ੍ਰਣਾਲੀ ਚੱਲ ਰਹੀ, ਜਿੱਦਾਂ ਕਿ ਆਪਾਂ ਪਹਿਲੇ ਵੀ ਗੱਲ ਕੀਤੀ ਹੈ BJP ਹੈ, BSP ਹੈ ਯਾਨੀ ਕਿ ਬਹੁਜਨ ਸਮਾਜ ਪਾਰਟੀ, ਇਸ ਤੋਂ ਇਲਾਵਾ ਨੈਸ਼ਨਲ ਕਾਂਗਰਸ ਪਾਰਟੀ ਅਤੇ ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਸੂਬੇ ਪੱਧਰ ਦੇ ਵਿੱਚ ਜੋ ਕੰਮ ਪਾਰਟੀਆਂ ਕਰਦੀਆਂ ਨੇ, ਇਹਨਾਂ ਨੂੰ ਬਹੁ ਰਾਸ਼ਟਰੀ ਦਲ ਪ੍ਰਣਾਲੀ ਜਿਹੜੀਆਂ ਮੇਨ ਪਾਰਟੀਆਂ ਇਹਨਾਂ ਨੂੰ ਬਹੁ ਰਾਸ਼ਟਰੀ ਦਲ ਪ੍ਰਣਾਲੀ ਕਿਹਾ ਜਾਂਦਾ ਹੈ। ਪ੍ਰਸਿੱਧੀ ਦੀ ਰਾਜਨੀਤੀ। ਆਪਾਂ ਦੇਖਦੇ ਹਾਂ ਕਿ ਜਦੋਂ ਵੀ ਇਲੈਕਸ਼ਨ ਹੁੰਦਾ ਤਾਂ ਇਲੈਕਸ਼ਨ ਤੋਂ ਪਹਿਲਾਂ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਦੇਸ਼ ਜਾਂ ਸੂਬੇ ਵਿੱਚ ਤਾਂ ਉਸ ਸਮੇਂ ਜਿਹੜੀ ਇੱਕ ਪ੍ਰਸਿੱਧੀ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਪ੍ਰਸਿੱਧੀ ਦੀ ਰਾਜਨੀਤੀ ਚਾਹੇ ਉਹ ਅਖਬਾਰਾਂ ਵਿੱਚ ਹੋਈ, ਚਾਹੇ ਰੇਡੀਓ ਦੇ ਸਾਧਨ ਹੋ ਸਕਦਾ, ਚਾਹੇ ਅਖਬਾਰਾਂ, ਚਾਹੇ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਨਾਲ ਇਹ ਆਪਣੀ ਪ੍ਰਸਿੱਧੀ ਦੀ ਰਾਜਨੀਤੀ ਕਰਨਾ ਸ਼ੁਰੂ ਕਰ ਦਿੰਦੇ ਨੇ। ਜੋ ਵੀ ਰਾਜਨੀਤਿਕ ਪਾਰਟੀ ਹੁੰਦੇ ਨੇ ਕਿ ਵੱਧ ਤੋਂ ਵੱਧ ਜਿਹੜੇ ਸਾਨੂੰ ਵੋਟਾਂ ਪ੍ਰਾਪਤ ਕੀਤੀਆਂ ਜਾਣ ਅਤੇ ਇਸ ਤੋਂ ਬਾਅਦ ਅਸੀਂ ਆਪਣੀ ਸਰਕਾਰ ਨੂੰ ਬਣਾ ਸਕੀਏ। ਸੋ ਇਹ ਆਪਣੀ ਪ੍ਰਸਿੱਧੀ ਦੀ ਰਾਜਨੀਤੀ ਕਰਦੇ ਹਨ। ਉਸ ਤੋਂ ਬਾਅਦ ਕਮਜ਼ੋਰ ਵਿਰੋਧੀ ਦਲ। ਜਿਹੜੀ ਪਾਰਟੀ ਬਹੁਮਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾ ਲਈ ਉਹਨਾਂ ਦੇ ਵਿਰੁੱਧ ਜੋ ਪਾਰਟੀ ਹੁੰਦੀ ਹੈ ਉਸ ਨੂੰ ਵਿਰੋਧੀ ਦਲ ਕਿਹਾ ਜਾਂਦਾ। ਜੋ ਸਰਕਾਰ ਕਾਨੂੰਨ ਬਣਾਉਂਦੀ ਹੈ ਉਹ ਵਿਰੋਧੀ ਦਲ ਉਸ 'ਤੇ ਚਰਚਾ ਕਰਦੀ ਹੈ। ਜੋ ਕਾਨੂੰਨ ਉਹਨਾਂ ਨੂੰ ਵਧੀਆ ਲੱਗਦੇ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ, ਜੋ ਕਾਨੂੰਨ ਸਹੀ ਨਹੀਂ ਲੱਗਦੇ ਉਹਨਾਂ ਦੇ ਉੱਪਰ ਟਿੱਪਣੀ ਕਰਕੇ ਉਸ ਵਿੱਚ ਸੋਧ ਕਰਾਉਣ ਦੀ ਵੀ ਕੋਸ਼ਿਸ਼ ਕਰਦੇ ਨੇ। ਸੋ ਵਿਰੋਧੀ ਦਲ ਦਾ ਵੀ ਬਹੁਤ ਆਪਣੇ ਦੇਸ਼ ਨੂੰ ਚਲਾਉਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਨੰਬਰ 4 ਖੇਤਰੀ ਪਾਰਟੀਆਂ ਦੀ ਪ੍ਰਧਾਨਤਾ। ਖੇਤਰੀ ਪਾਰਟੀਆਂ ਦੀ ਪ੍ਰਧਾਨਤਾ ਆਪਣੇ ਸੂਬੇ ਵਿੱਚ ਹੀ ਜ਼ਿਆਦਾ ਹੁੰਦੀ ਹੈ। ਜਿੱਦਾਂ ਕਿ ਸੋਮੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਪੰਜਾਬ ਵਿੱਚ ਪ੍ਰਧਾਨਤਾ ਹੈ, ਕੇਰਲਾ ਕਾਂਗਰਸ ਹੈ, ਹਰਿਆਣਾ ਜਨਹਿਤ ਕਾਂਗਰਸ ਹੈ, ਦਿੱਲੀ ਵਿੱਚ ਆਮ ਆਦਮੀ ਪਾਰਟੀ ਹੈ। ਸੋ ਇਹ ਜਿਹੜੀਆਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਦੀ ਜਿਹੜੀ ਆਪਣੀ ਪ੍ਰਧਾਨਤਾ ਕਰਦੇ ਹਨ, ਯਾਨੀ ਕਿ ਉਹ ਆਪਣੇ ਸੂਬੇ ਨੂੰ ਚਲਾਉਣ ਲਈ ਜਿਹੜੀ ਪ੍ਰਧਾਨਤਾ ਜ਼ਿਆਦਾ ਦਿਖਾਉਂਦੇ।